ਸਿੰਘ ਅਤੇ ਮੈਂ ਡੁਬਈ ਦੇ ਪਿਛਲੇ 7 ਸਾਲ ਤੋਂ ਕੰਮ ਕਰ ਰਿਹਾ ਸੀਗਾ। ਉੱਥੇ ਮੇਰੇ ਨਾਲ ਕੁਛ ਕਾਨੂੰਨੀ ਕਾਰਵਾਈ ਦੇ ਕਾਨੂੰਨੀ ਕੇਸ ਹੋਏ ਸੀ ਮੇਰੇ 'ਤੇ, ਜਿਹੜੇ ਕਿ ਹਾਲਾਂਕਿ ਗਲਤ ਸੀਗੇ। ਤੋ ਹੁਣ ਮੈਂ ਜਦੋਂ ਨਿਊਜ਼ ਖਬਰ ਲਵਾਈ ਸੀ ਨਿਊਜ਼ ਦੇ ਵਿੱਚ, ਤੋ ਉਸ ਤੋਂ ਬਾਅਦ ਮੇਰੀ ਪੀ ਸੀ ਟੀ ਦੇ ਚੇਅਰਮੈਨ ਸਰ ਜਗਿੰਦਰ ਸਲਾਰੀਆ, ਉਹਨਾਂ ਨੇ ਮੇਰਾ ਰਾਬਤਾ ਕਾਇਮ ਕੀਤਾ ਸੀਗਾ ਅਤੇ ਉਹਨਾਂ ਨੇ ਮੇਰੀ ਬਹੁਤ ਸਾਰੀ ਹੈਲਪ ਕੀਤੀ। ਤਾਂ ਹੁਣ ਅੱਜ ਮੈਂ ਜਿਹੜਾ ਵਾ ਆਪਣੇ ਘਰ ਆ ਕੇ ਬਹੁਤ ਖੁਸ਼ ਹਾਂ ਉਹਨਾਂ ਦੇ ਜ਼ਰੀਏ। ਪਹਿਲ ਚੈਰਿਟੀ ਟਰੱਸਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਉਹ ਨਾਲ ਹੀ ਮੈਂ ਭਾਟੀਆ ਸਰ ਦਾ ਔਰ ਜਗਿੰਦਰ ਸਲਾਰੀਆ ਸਰ ਦਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ 2 ਸਾਲ ਬਾਅਦ ਘਰ ਆਇਆ, ਮੈਨੂੰ ਉਸੇ 7 ਸਾਲ ਹੋ ਗਏ ਕੰਮ ਕਰਦੇ ਟੋਟਲ, ਅਤੇ ਮੈਂ 2 ਸਾਲ ਬਾਅਦ ਇੱਥੇ ਘਰ ਆਇਆ ਹੁਣ। ਮੇਰਾ ਨਾਮ ਸਰਬਜੀਤ ਕੌਰ ਹੈ। ਮੇਰਾ ਭਾਣਜਾ ਤਕਰੀਬਨ ਇਹਨੂੰ 7 ਸਾਲ ਹੋ ਗਏ ਸੀ ਗਏ ਨੂੰ, ਪਰ 2 ਸਾਲ ਹੋ ਗਏ ਇਹਨੂੰ ਮਤਲਬ ਕਿ ਫਸਿਆ ਸੀ ਦੁਬਈ ਦੇ ਵਿੱਚ, ਅਤੇ ਮਤਲਬ ਕਿ ਅੱਜ ਘਰ ਪਹੁੰਚਿਆ ਸੀ। ਬਹੁਤ ਖੁਸ਼ ਹਾਂ ਇਸ ਗੱਲ ਦੇ ਵਿੱਚ, ਪਰ ਅਸੀਂ ਸਲਾਰੀਆ ਸਾਹਿਬ ਦੇ ਬਹੁਤ ਧੰਨਵਾਦ ਹਾਂ, ਅਤੇ ਮਤਲਬ ਕਿ ਉਹਨਾਂ ਅਸੀਂ ਖਬਰ ਲਵਾਈ ਸੀ, ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਵੀ ਮਤਲਬ ਕਿ ਅੱਜ ਸਹੀ ਸਲਾਮ ਸਾਡਾ ਬੱਚਾ ਸਾਡੇ ਕੋਲ ਹੈ। ਅੱਜ ਬਾਬੇ ਨਾਨਕ ਦਾ ਵੀ ਮੇਲਾ ਵਾ, ਸ਼ਿਵਰਾਤਰੀ ਵੀ, ਬਾਬੇ ਨਾਨਕ ਨੇ ਸਾਡੇ ਦੁਬਾਰਾ ਇਸ ਨੂੰ ਸਾਡੇ ਝੋਲੀ ਪਾਇਆ ਵਾ, ਅਸੀਂ ਉਸਦਾ ਬਹੁਤ ਸ਼ੁਕਰ ਗੁਜ਼ਾਰ ਕਰਦੇ ਹਾਂ, ਅਤੇ ਮਤਲਬ ਕਿ ਬਹੁਤ ਧੰਨਵਾਦ ਆ। ਅਸੀਂ ਤੁਹਾਡੇ ਨਿਊਜ਼ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਤੁਸੀਂ ਸਾਡੀ ਇੰਨੀ ਹੈਲਪ ਕੀਤੀ ਆ। ਇਹ ਬੱਚੇ ਦੀ ਹੈਲਪ ਅਸੀਂ ਕੀਤੀ ਹੈ ਜਦੋਂ ਪਤਾ ਲੱਗਾ ਦੁਬਈ ਦੇ ਵਿੱਚ ਕਿ ਇਹ ਮੁੰਡਾ ਇਸ ਤਰ੍ਹਾਂ ਕੋਈ ਕਾਨੂੰਨੀ ਇਹਨੂੰ ਸਹਾਇਤਾ ਚਾਹੀਦੀ ਸੀ, ਅਤੇ ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਾ ਵਾ ਅਤੇ ਇਸ ਮੁੰਡੇ ਦੀ ਅਸੀਂ ਜਾ ਕੇ ਅਤੇ ਪੁੱਛਗਿੱਛ ਕੀਤੀ ਆ, ਫਿਰ ਇਹਨੂੰ ਜੋ ਇਹਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਚਾਹੀਦੀ ਸੀਗੀ ਉਹ ਇਹਨੂੰ ਕਾਨੂੰਨੀ ਸਹਾਇਤਾ ਦਵਾ ਕੇ 2 ਸਾਲ ਦੀ ਲੰਬੀ ਮੁਸ਼ਕਤ ਕਰਕੇ ਅੱਜ ਇਹਨੂੰ ਮੁੰਡੇ ਨੂੰ ਇੱਥੇ ਲੈ ਕੇ ਆਏ ਹਾਂ ਪੰਜਾਬ ਦੇ ਵਿੱਚ, ਅਤੇ ਸਾਨੂੰ ਵੀ ਖੁਸ਼ੀ ਹੈ। ਔਰ ਦੂਸਰਾ ਅਸੀਂ ਇਹੋ ਕਹਿਣਾ ਚਾਹੁੰਦੇ ਹੈਗੇ ਹਾਂ ਕਿ ਦੇਖੋ ਕੋਈ ਵੀ ਹੈਗਾ, ਹਰ ਇੱਕ ਨੂੰ ਆਪਣੀ ਕਹਿੰਦੇ ਨੇ ਵੀ ਜਿੰਨੀ ਵੀ ਹੋ ਸਕਦੀ ਹੈ ਇੱਕ ਦੂਸਰੇ ਦੀ ਆਪਣੇ ਭੈਣ ਭਰਾ ਦੀ ਹੈਲਪ ਕਰਨੀ ਚਾਹੀਦੀ ਹੈਗੀ ਹੈ, ਚਾਹੇ ਉਹ ਕਿਸੇ ਕਿਸਮ ਦੀ ਵੀ ਹੋਵੇ। ਸੋ ਇਹ ਹੈ ਕਿ ਖਾਸ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਕੋਈ ਬੱਚਾ ਫਸ ਜਾਂਦਾ ਹੈਗਾ, ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ। ਮੇਰੇ ਵੀ ਇਹ ਟਰੱਸਟ ਨੂੰ ਪਤਾ ਲੱਗਾ ਸੀਗਾ ਜਦੋਂ ਇਹਦੀ ਕਿਤੇ ਨਿਊਜ਼ ਚੱਲ ਰਹੀ ਸੀਗੀ, ਅਤੇ ਮੈਂ ਦੇਖਿਆ ਅਤੇ ਫਿਰ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਇਹ ਮੁੰਡੇ ਦੀ ਜ਼ਰੂਰੀ ਹੈਲਪ ਕਰਨੀ ਚਾਹੀਦੀ ਹੈ। ਫਿਰ ਇਹ ਜਦੋਂ ਪੁੱਛਗਿੱਛ ਕੀਤੀ ਆ ਅਤੇ ਫਿਰ ਪਤਾ ਲੱਗਾ ਕਿ ਹਾਂ ਇਹ ਬੱਚਾ ਵਾਕਈ ਫਸਿਆ ਹੋਇਆ ਅਤੇ ਇਹਨੂੰ ਮਤਲਬ ਕਿ ਸਹਾਇਤਾ ਦੀ ਜ਼ਰੂਰਤ ਹੈ। ਦੇਖੋ ਕੇਸਾਂ ਦੀ ਤਾਂ ਮੈਂ ਜ਼ਿਆਦਾ ਡਿਟੇਲ ਦੇ ਨਹੀਂ ਸਕਦਾ ਹੈਗਾ, ਚਲੋ ਇਹ ਕਈ ਗੱਲਾਂ ਐਸੀਆਂ ਸੈਂਸਿਟਿਵ ਹੁੰਦੀ ਹੈ ਕਿ ਜਿਹੜੀਆਂ ਬੰਦਾ ਜ਼ਿਆਦਾ ਨਹੀਂ ਕਰ ਸਕਦਾ ਹੈਗਾ, ਪਰ ਇਹ ਹੈ ਕਿ ਚਲੋ ਬੱਚੇ ਆ, ਗਲਤੀਆਂ ਹੁੰਦੀਆਂ। ਸੋ ਇਨਸਾਨੀਅਤ ਹੈ, ਇਨਸਾਨ ਗਲਤੀ ਦਾ ਪੁੱਤਲਾ, ਜੇ ਗਲਤੀ ਹੋਈ ਹੈ ਤਾਂ ਆਪਾਂ ਚਲੋ ਉਸ ਚੀਜ਼ ਨੂੰ ਡਿਨਾਈ ਵੀ ਨਹੀਂ ਕੀਤਾ ਹੈਗਾ, ਲੇਕਿਨ ਇਹ ਹੈ ਕਿ ਜੇ ਇੱਕ ਬੱਚਾ ਕਹਿੰਦੇ ਨੇ ਕਿ ਜੇ ਗੰਦਗੀ 'ਚ ਗਿਰਿਆ ਤਾਂ ਉਹਨੂੰ ਇਹ ਤਾਂ ਨਹੀਂ ਹੈ ਕਿ ਉਹਨੂੰ ਆਪਾਂ ਚੱਕ ਕੇ ਬਾਹਰ ਨਹੀਂ ਕੱਢਣਾ ਹੈਗਾ, ਅਤੇ ਉਸ ਇੱਕ ਇਨਸਾਨੀਅਤ ਨਾਤੇ ਉਹਨੂੰ ਇਸ ਚੀਜ਼ ਦੀ ਜ਼ਰੂਰਤ ਸੀਗੀ, ਉਹ ਆਪਾਂ ਕੀਤੀ ਹੈ, ਅਤੇ ਅਕਾਲ ਪੁਰਖ ਨੇ ਚਲੋ ਕਿਰਪਾ ਕਰਕੇ ਅਤੇ ਇਸ ਬੱਚੇ ਨੂੰ ਯਾਨੀ ਕਿ ਵੀ ਉਸ ਜਿਹੜੀ ਵੀ ਕਾਨੂੰਨੀ ਸਹਾਇਤਾ ਸੀ ਉਹ ਮਿਲੀ ਹੈ, ਅਤੇ ਅੱਜ ਇਹ ਆਪਣੇ ਮਾਂ ਬਾਪ ਮਾਂ ਦੇ ਨਾਲ ਖੜ੍ਹਾ।